ਜਦੋਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਖਿਲਾਰਾ ਪਿਆ, ਉਸ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਮ ਆਦਮੀ ਪਾਰਟੀ ਅਕਸਰ ਹੀ ਬਣੀ ਰਹਿੰਦੀ ਹੈ। ਪਰ ਆਪ ਦੇ ਸੰਸਦ ਭਗਵੰਤ ਮਾਨ ਨੇ ਹੁਣ ਸੁਖਬੀਰ ਸਿੰਘ ਬਾਦਲ 'ਤੇ ਪਲਟਵਾਰ ਕੀਤਾ ਹੈ। ਭਗਵੰਤ ਮਾਨ ਦਾ ਤਾਂ ਕਹਿਣਾ ਕਿ ਅਕਾਲੀ ਦਲ ਨੂੰ ਇਸ ਵਾਰ ਲੋਕ ਸਭਾ ਚੋਣਾਂ ਦੇ ਲਈ 13 ਉਮੀਦਵਾਰ ਵੀ ਨਹੀਂ ਲੱਭਣਗੇ। ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਅਕਾਲੀ ਦਲ ਦੀ ਤਕੜੀ ਹੁਣ ਚਿੱਟਾ ਤੋਲਣ ਲੱਗ ਚੁੱਕੀ ਹੈ। ਇੱਥੇ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ 'ਤੇ ਵੀ ਪਲਟਵਾਰ ਕੀਤਾ ਹੈ, ਜਿਸ 'ਚ ਸੁਖਬੀਰ ਨੇ ਆਖਿਆ ਸੀ ਕਿ ਜਿੰਨਾ ਚਿਰ ਉਹ ਪਾਰਟੀ ਦੇ ਪ੍ਰਧਾਨ ਨੇ ਉਹ ਬ੍ਰਹਮਪੁਰਾ ਨੂੰ ਕਦੇ ਵਾਪਸ ਨਹੀਂ ਲੈਣਗੇ। ਭਗਵੰਤ ਮਾਨ ਦਾ ਕਹਿਣਾ ਕਿ ਟਕਸਾਲੀ ਸੁਖਬੀਰ ਦੀ ਪ੍ਰਧਾਨਗੀ ਤੋਂ ਹੀ ਛੱਡ ਕੇ ਬਾਹਰ ਗਏ ਨੇ। ਇਹ ਤਾਂ ਐਮ ਪੀ ਦੀ ਅਤੇ ਐਮ ਐਲ ਏ ਦੀ ਇਲੈਕਸ਼ਨ ਹੈ, ਅਕਾਲੀ ਦਲ ਨੂੰ ਤਾਂ ਪੰਚ ਅਤੇ ਸਰਪੰਚ ਵਾਸਤੇ ਕੈਂਡੀਡੇਟ ਨਹੀਂ ਮਿਲਿਆ ਇਸ ਵਾਰ। ਅਗਲਾ ਕਹਿੰਦਾ ਜੁੱਤੀਆਂ ਖਾਣੀਆਂ ਯਾਰ ਇਹਨਾਂ ਵਾਲੇ ਪਾਸਿਓਂ ਹੋ ਕੇ। ਲੋਕ ਉਹਨਾਂ ਨੂੰ ਗੁਰਦੁਆਰਾ ਸਾਹਿਬ 'ਚ ਨਹੀਂ ਵੜਨ ਦੇ ਰਹੇ। ਬੇਅਦਬੀ ਤੋਂ ਬਾਅਦ ਜਿਹੜਾ ਬੇਅਦਬੀ ਕਾਂਡ ਤੋਂ ਬਾਅਦ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਇਹਨਾਂ ਦਾ ਨਾਮ ਆਉਣਾ ਬਕਾਇਦਾ ਤੌਰ 'ਤੇ ਸਾਜ਼ਿਸ਼ਾਂ ਰਚਣ ਦਾ ਜਿਹੜਾ ਕੰਮ ਹੈ ਲੋਕਾਂ ਦੇ ਦਿਲ 'ਚ ਘਰ ਕਰ ਗਿਆ ਅਤੇ ਲੋਕ ਇਹਨਾਂ ਨੂੰ ਨਫ਼ਰਤ ਕਰਨ ਲੱਗ ਗਏ। ਇਹਨਾਂ ਨੂੰ ਘਰ ਘਰ ਕੁੰਡੇ ਖੜਕਾਉਣੇ ਪੈਣਗੇ ਕਿ ਸਾਡੇ ਚੋਣ ਨਿਸ਼ਾਨ 'ਤੇ ਕੋਈ ਲੜ ਲਓ। ਉਹੀ ਤੱਕੜੀ ਜਿਹਨੂੰ ਲੋਕ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਸੀ, ਅੱਜ ਉਹ ਤੱਕੜੀ ਜਿਹੜੀ ਹੈ ਉਹ ਪਾਸਕੂ ਹੋ ਗਿਆ, ਉਹਦੇ 'ਚ ਉਹ ਤੱਕੜੀ ਚਿੱਟਾ ਤੋਲਣ ਲੱਗ ਗਈ, ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਸੁਖਬੀਰ ਬਾਦਲ ਨੂੰ ਦੱਸੋ ਕਿ ਤੇਰੇ ਹੁੰਦੇ ਹੋਈ ਨਿਕਲੇ ਨੇ ਉਹ, ਤੁਹਾਡੇ ਹੁੰਦੇ ਕੋਈ ਵੀ ਨਹੀਂ ਆ ਸਕਦਾ, ਤੁਸੀਂ ਦੋਨੋਂ ਪਿਓ ਪੁੱਤੀ ਰਹਿ ਜਾਓਗੇ ਬਸ। ਸੋ ਇਹ ਅਕਾਲੀ ਦਲ ਤਾਂ ਖਤਮ ਹੈ ਜੀ, ਨਿਬੜ ਗਿਆ, ਢੀਂਡ ਸਾਹਿਬ ਇਹਦੇ ਹੁੰਦੇ ਗਏ, ਸਾਰੇ ਇਹਦੇ ਹੁੰਦੇ ਗਏ ਨੇ। ਅਕਾਲੀ ਦਲ 57 ਤੋਂ 14 'ਤੇ ਇਹਦੇ ਹੁੰਦੀ ਆਇਆ, 1920 ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਅਕਾਲੀ ਦਲ ਤੀਜੇ ਨੰਬਰ 'ਤੇ ਹੈ, ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਹੈਗੇ। ਬਾਦਲ ਸਾਹਿਬ ਇਸੇ ਨਮੋਸ਼ੀ 'ਚ ਹਜੇ ਤੱਕ ਵਿਧਾਨ ਸਭਾ ਨਹੀਂ ਗਏ ਕਿਉਂਕਿ ਪਿਛਲੀਆਂ ਸੀਟਾਂ 'ਤੇ ਬੈਠਣ ਦੀ ਆਦਤ ਹੈ ਨਹੀਂ, ਪਰ ਲੋਕ ਕਹਿੰਦੇ ਪਿੱਛੇ ਬੈਠੋ ਜੀ। ਅਤੇ ਰਾਹੁਲ ਗਾਂਧੀ ਨਹੀਂ, ਦੇਖੋ ਜੀ ਰਾਹੁਲ ਗਾਂਧੀ ਪ੍ਰਧਾਨ ਹੈ, ਉਹਨਾਂ ਨੇ ਆਪਣੇ ਅਪੁਆਇੰਟਮੈਂਟਸ ਕਰਨੀਆਂ ਨੇ, ਇਹ ਕਾਂਗਰਸ ਦਾ ਜਿਹੜਾ ਅੰਦਰੂਨੀ ਮਾਮਲਾ ਹੈ। ਮੈਂ ਤਾਂ ਦੇਖੋ ਪ੍ਰਿਯੰਕਾ ਗਾਂਧੀ ਅਜੇ ਤੱਕ ਰਾਜਨੀਤੀ 'ਚ ਆਏ ਨਹੀਂ, ਨਾ ਹੀ ਉਹਨਾਂ ਨੇ ਕੋਈ ਰਿਪੋਰਟ ਕਾਰਡ ਹੈ ਕਿ ਉਹਨਾਂ ਨੇ ਕੀ ਕੀਤਾ। ਗਾਂਧੀ ਦੇਖ ਰਹੇ ਨੇ ਜੀ, ਦੇਖੋ ਜੀ ਇਹ ਤਾਂ ਹਰੇਕ ਪਾਰਟੀ 'ਚ ਹੁੰਦਾ, ਕੋਈ ਇਹ ਤਾਂ ਬਾਦਲ 'ਚੋਂ ਨੈਲਸਨ ਮੰਡੇਲਾ ਦੇਖ ਰਹੇ ਸੀ, ਠੀਕ ਹੈ ਨਾ। ਸੋ ਇਹ ਮੈਂ ਤਾਂ ਸ਼ੁਭਕਾਮਨਾ ਹੀ ਦੇਵਾਂਗਾ ਪ੍ਰਿਯੰਕਾ ਨੂੰ ਕਿ ਤੁਸੀਂ ਆਓ, ਜੇ ਅੱਛੇ ਕੰਮ ਕਰਨਗੇ ਲੋਕ ਤੁਹਾਨੂੰ ਅਸੈਪਟ ਕਰਨਗੇ, ਇਹ 'ਚ ਕਿਹੜੀ ਗੱਲ। ਮੈਨੂੰ ਖੁਦ ਨੂੰ ਧਮਕੀਆਂ ਆ ਰਹੀਆਂ ਨੇ। ਸੋ ਜੇਲ੍ਹ ਮੰਤਰੀ ਨੂੰ ਇਹ ਚਾਹੀਦਾ ਕਿ ਉਹ ਇਸ ਮਾਮਲੇ 'ਚ ਜਿਹੜਾ ਸਖਤੀ ਨਾਲ ਐਕਸ਼ਨ ਲੈਣ, ਜੇਲ੍ਹਾਂ ਦੇ ਵਿੱਚ ਉਹ ਗੈਂਗਸਟਰ ਚੱਲ ਰਹੇ ਜਿਹੜੇ ਨੇ ਉਹ ਆਪਣੇ ਧੰਦੇ ਚਲਾ ਰਹੇ ਨੇ, ਜੇਲ੍ਹਾਂ ਦੇ ਵਿੱਚ ਮੋਬਾਈਲ ਜਾਂ ਜੇਲ੍ਹਾਂ ਦੇ ਵਿੱਚ ਨਸ਼ੇ ਵਰਤਾਏ ਜਾ ਰਹੇ ਨੇ, ਇਹਦਾ ਮਤਲਬ ਕਿਤੇ ਨਾ ਕਿਤੇ ਮਿਲੀ ਭੁਗਤ ਹੈਗੀ ਹੈ। ਠੀਕ ਹੈ।